ਅਸਲਾਮੁ ਅਲੈਕੁਮ ਸਜਣੋ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ। ਅੱਜ ਦਿਨ ਜਿਤਵਾਰ ਦਾ ਤੇ ਇਸ ਟਾਈਮ ਫਹਰੇ ਸਿਆਲਕੋਟ, ਸਿਆਲਕੋਟ ਦੇ ਨਾਮਵਰ ਤੇ ਮਾਸ਼ਾਅੱਲਾ ਜੀ ਮਸ਼ਹੂਰ ਵਪਾਰੀ ਆਸਮ ਡੋਗਰ ਸਾਹਿਬ ਦੇ ਡੇਰੇ ਤੇ ਮੌਜੂਦ ਹਾਂ। ਤੇ ਮਾਸ਼ਾਅੱਲਾ ਜੀ ਡੋਗਰ ਸਾਹਿਬ ਇੱਕ ਦਫ਼ਾ ਫਿਰ ਆ ਗਏ ਨੇ ਤੇ ਛਾ ਗਏ ਨੇ ਦੋਸਤਾਂ ਵਾਸਤੇ 6 ਟਾਪ ਕਲਾਸ ਆਲਾ ਨਸਲ ਦੀਆਂ ਖੂਬਸੂਰਤ ਗਾਵਾਂ, ਇਸ ਤੋਂ ਇਲਾਵਾ 2 ਖਾਂਗੜ ਮੱਝਾਂ ਵੀ ਲੈ ਕੇ ਆਏ ਨੇ। ਕਮ ਅਜ਼ ਕਮ ਕੀਮਤ ਹੈ ਜੀ 1,65,000 ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਇਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਰੇਟ ਹੈ ਉਹ ਵੀ ਮਲੂਮ ਕਰਨੇ ਹਾਂ। ਡੋਗਰ ਸਾਹਿਬ ਬਾਬੂ ਜੀ ਸਾਹਮਣੇ ਜੀ, ਅਸਲਾਮੁ ਅਲੈਕੁਮ। ਅੱਲਾਹ ਪਾਕ ਦਾ ਬੜਾ ਸ਼ੁਕਰ ਹੈ, ਉਹਦੀ ਜ਼ਾਤ ਦਾ ਕਰਮ ਹੈ। ਡੋਗਰ ਸਾਹਿਬ ਤੁਸੀਂ ਸੁਣਾਓ, ਠੀਕ ਹੋ, ਸਭ ਹੈਰੀਅਤ ਹੈ? ਸ਼ੁਕਰ ਅਲਹਮਦੁਲਿਲਾ। ਉਮੀਦ ਕਰਦੇ ਹਾਂ ਸਾਰੇ ਦੋਸਤ ਅਹਿਬਾਬ ਖੈਰ ਖੈਰੀਅਤ ਨਾਲ ਹੋਣਗੇ। ਅਤੇ ਯਾਰ ਮਸਲਾ ਕਿ ਬਣਿਆ, ਅਕਸਰ ਕਚਹਿਰੀ ਕਚੂਰੀ ਹੋਣ ਜਾਈਦਾ, ਝਗੜਾ ਇੱਕ ਹੋਇਆ ਅਤੇ ਉਹਦੀ ਵਜ੍ਹਾ ਤੋਂ ਮਸਰੂਫ ਰਹਿੰਦਾ, ਨਹੀਂ ਗਿਆ ਰਿਕਾਰਡ ਰਸੀਵ ਹੁੰਦੀ। ਅਤੇ ਬਹੁਤ ਜ਼ਿਆਦਾ ਦੋਸਤ ਨੇ ਯਾਰ ਆਪ ਹੀ ਕੋਸ਼ਿਸ਼ ਕਰਕੇ, ਜਿਹਦੀ ਕਾਲ ਹੋਈ ਹੈ ਆਈ ਹੋਈ, ਉਹਨੂੰ ਬੈਕ ਕਾਲ ਕਰੀ ਦੀ ਹੈ ਕਿ ਯਾਰ ਤੁਹਾਡੀ ਕਾਲ ਆਈ ਸੀ। ਅਤੇ ਜੇ ਫਿਰ ਵੀ ਅਗਰ ਕਿਸੇ ਦੀ ਕਾਲ ਨਾ ਰਸੀਵ ਹੋਏ ਜਾਂ ਵਾਇਸ ਦਾ ਨਾ ਜਵਾਬ ਦਿੱਤਾ ਜਾਏ, ਅਤੇ ਮੈਂ ਉਹਦੀ ਮਾਂ ਬੱਚਾ, ਮੇਰੀ ਵੀਡੀਓ ਬਣਦੀ ਨੂੰ 3 ਸਾਲ ਹੋ ਗਏ ਨੇ, ਅਤੇ 3 ਸਾਲਾਂ ਦੇ ਵਿੱਚ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦੇ ਸਕਦਾ, ਕੋਈ ਇਹ ਨਹੀਂ ਕਹਿ ਸਕਦਾ ਕਿ ਤੁਹਾਡੀ ਸ਼ਿਕਾਇਤ ਤੁਸੀਂ ਕਾਲ ਨਹੀਂ ਰਿਸੀਵ ਕੀਤੀ। ਅਗਰ ਕਿਸੇ ਨੇ ਰਾਤ ਨੂੰ 2-2:30 ਵਜੇ ਵੀ ਕਾਲ ਕੀਤੀ ਤਾਂ ਉਹਦੀ ਕਾਲ ਰਿਸੀਵ ਹੋਈ ਹੈ, ਜ਼ਿੰਦਾਬਾਦ। ਅਤੇ ਸੁਬਹਾ ਵੀ ਕੀਤੀ ਉਹਦੀ, ਮੈਂ ਅੱਜ ਤੱਕ ਮੋਬਾਈਲ ਕਦੀ ਸਾਇਲੈਂਟ 'ਤੇ ਨਹੀਂ ਲਾਇਆ ਹੈ ਜਾਂ ਬੰਦ ਕਰਕੇ ਨਹੀਂ ਸੁੱਤਾ। ਅਤੇ ਥਾਣੇ ਕਚਹਿਰੀਆਂ ਦਾ ਤੁਹਾਨੂੰ ਪਤਾ ਜਿਹੜੇ ਸਿਸਟਮ ਨੇ, ਉੱਥੇ ਮੋਬਾਈਲ ਬੈੱਲ ਬੰਦ ਹੁੰਦੀ ਹੈ ਕਿਤੇ ਬੈਠਿਆਂ ਹੋਈਦਾ, ਅਤੇ ਇਸ ਵਜ੍ਹਾ ਤੋਂ ਕਾਲ ਨਹੀਂ ਰਿਸੀਵ ਹੁੰਦੀ। ਅਤੇ ਜੇ ਕਿਸੇ ਦੋਸਤ ਦੀ ਵਾਇਸ ਦਾ ਜਵਾਬ ਨਾ ਦਿੱਤਾ ਗਿਆ ਜਾਂ ਕਾਲ ਨਾ ਰਿਸੀਵ ਹੋਏ, ਉਹਦੇ ਕੋਲ ਮਾਜ਼ਰਤ ਚਾਹੁੰਦਾ ਵਾਂ। ਅਤੇ ਇੱਕ ਚੀਜ਼ ਕਹਾਂਗਾ ਸਾਰਿਆਂ ਦੋਸਤਾਂ ਨੂੰ, ਪਿਛਲੀ ਵੀਡੀਓ ਬਣੀ ਹੈ ਮਾਸ਼ਾਅੱਲਾ ਚੰਗੀ ਚੱਲੀ ਸੀ, ਮਾਲ ਅੱਲਾਹ ਤਾਲਾ ਜ਼ਾਤ ਵਿੱਚ ਹੈ, ਸੋਹਣੇ ਮਾਲਕ ਦਾ ਲੱਖ ਲੱਖ ਸ਼ੁਕਰ ਹੈ। ਅਤੇ ਗਾਵਾਂ ਵੀ ਚੰਗੀਆਂ ਸਨ। ਕੋਸ਼ਿਸ਼ ਕਰੀ ਦੀ ਹੈ ਕਿ ਅਸੀਂ ਜਿਹੜੇ ਯੂਟਿਊਬ 'ਤੇ ਵੀਡੀਓ ਬਣਵਾਉਂਦੇ ਹਾਂ, ਮਕਸਦ ਇਹ ਹੁੰਦਾ ਕਿ ਬਰੂਨੇ ਮੁਲਕ ਜਿਹੜੇ ਭੈਣ ਭਰਾ ਨੇ ਜਾਂ ਅੰਦਰੂਨੇ ਮੁਲਕ ਜਿਹੜੇ ਨਹੀਂ ਅੱਗੇ ਪਿੱਛੇ ਮੰਡੀਆਂ ਜਾ ਸਕਦੇ ਜਾਂ ਨਿਕਲ ਸਕਦੇ, ਉਹਨਾਂ ਨੂੰ ਚੰਗੇ ਤੋਂ ਚੰਗਾ ਜਾਨਵਰ ਚੈੱਕ ਕਰਵਾਈਏ, ਅੱਛੇ ਤੋਂ ਅੱਛਾ ਸ਼ੌਪ ਕਰਵਾਈਏ। ਅਤੇ ਮੈਂ ਉਸ ਬੰਦੇ ਕੋਲੋਂ ਆਪ ਖਰੀਦਦਾਰ ਹੋਵਾਂਗਾ, ਮੈਂ ਆਪਣੇ ਘਰ ਵਾਸਤੇ ਗਰਲੈਂਡੋ ਗਾਂ ਲੈਣੀ ਹੈ। ਅਗਰ ਕੋਈ ਵੀ ਭਰਾ ਦੋਸਤ ਪਿਓਰ ਗਰਲੈਂਡੋ ਨਹੀਂ, ਪਿਓਰ ਨਹੀਂ, ਪਿਓਰ ਤਾਂ ਹੁੰਦੀ ਹੀ ਨਹੀਂ ਨਾ ਸਿਆਲਕੋਟ 'ਚ, ਮੇਰੇ ਤੋਂ ਇਲਾਵਾ ਕਿਸੇ ਨੇ ਵੀਡੀਓ ਦੇ ਵਿੱਚ, ਮੈਂ ਇੱਕ ਵੀਡੀਓ 'ਚ ਗਰਲੈਂਡੋ ਗਾਂ ਪਾਈ, ਉਹ ਵੀ ਪਿਓਰ ਨਹੀਂ ਸੀ, ਉਹ 4x8 ਸੀ, ਫਰੀਜਿੰਦ ਗਰਲੈਂਡੋ ਕਰਾਸ ਸੀ। ਅਗਰ ਕੋਈ ਵੀ ਦੋਸਤ ਮੈਨੂੰ 50-50 ਵੀ ਗਰਲੈਂਡੋ ਗਾਂ ਦੇਗਾ, ਪੈਸੇ ਉਹਨੇ ਜਿਹੜੇ ਮੰਗੇ ਹੋਣਗੇ, ਮੈਂ ਉਦੋਂ ਵੀ 3 ਲੱਖ ਰੁਪਇਆ ਵੱਧ ਐਲਾਨ ਹੈ, ਚੈਲੇਂਜ ਚੈਲੇਂਜ ਨੇ ਤੋਬਾ ਮੇਰੀ ਅਸਰ ਮਾਫ ਕਰੀ, ਚੈਲੇਂਜ ਨੇ ਕਿਸੇ ਨੂੰ ਕਰਦਾ, ਐਲਾਨ ਹੈ ਕਿਸੇ ਕੋਲੋਂ ਵੀ ਹੋਏ, ਜਿਹੜਾ ਉਹਨੇ ਮੁੱਲ ਪਾਇਆ ਹੋਏਗਾ ਉਦੋਂ 3 ਲੱਖ ਰੁਪਇਆ ਵੱਧ ਮੈਂ ਗਾਂ ਲਵਾਂਗਾ। ਜ਼ਬਰਦਸਤ, ਇਹ 2.5-3-4 ਲੱਖ ਰੁਪਏ ਦੀ, 5 ਲੱਖ 6-7 ਲੱਖ ਦੀ ਵੀ ਨਹੀਂ ਗਰਲੈਂਡੋ ਲੱਭਦੀ ਹੈ, 7 ਲੱਖ ਰੁਪਏ ਦੀ ਵੀ ਗਰਲੈਂਡੋ ਗਾਂ ਨਹੀਂ ਲੱਭਦੀ ਹੈ। ਗਰਲੈਂਡੋ ਜਿਹੜੀ ਉਹ ਬਾਹਰੋਂ ਇੰਪੋਰਟ ਅਮਰੀਕਾ ਤੋਂ ਹੁੰਦੀ ਹੈ, ਅਤੇ 10 ਲੱਖ ਰੁਪਏ ਦੀ ਹੁੰਦੀ ਹੈ, ਅਤੇ ਉਹਦਾ ਸੀਮਨ ਹਈ ਹੈ ਜਿਹੜਾ ਨਾ, ਕਹਿੰਦੇ ਨੇ ਕਿ ਸੀਮਨ ਗਰਲੈਂਡੋ ਦਾ ਵੱਛੀ ਵਾਲਾ ਆਇਆ ਸੀ ਸੀਮਨ ਲਗਵਾ ਕੇ, ਗਰਲੈਂਡੋ ਦਾ ਸੀਮਨ ਵੀ ਨਹੀਂ ਹੈ ਤਾਂ ਵੱਛੀ ਵਾਲਾ ਹੈ, ਝੂਠ ਹੀ ਹੈ, ਜਿੰਨਾ ਵਧਾਉਣਾ ਹੈ ਉਹਨੂੰ ਵਧਾਈ ਜਾਓ। ਇਹ ਜਿਹੜੇ ਅਕਸਰ ਬੰਦੇ ਕਹਿੰਦੇ ਨੇ, ਇਹ ਜਿਹੜੇ ਵੀਡੀਓ ਵਹਿੰਦੇ ਨੇ ਉਹ ਕੀ ਨਾਲ ਇਹਦਾ, ਇੱਕ ਬੰਦੇ ਦੀ ਮੇਰੇ ਨਾਲ ਗੱਲ ਹੋਈ, ਮੈਂ ਕਿਹਾ ਯਾਰ ਇੰਝ ਨਹੀਂ ਤਾਂ ਇੰਝ, ਉਹਨੇ ਕਿਹਾ ਯਾਰ ਭੋਲੇ ਪੰਛੀ ਨੇ ਇਹਨਾਂ ਨੂੰ ਕੀ ਪਤਾ ਹੁੰਦਾ, ਇਹ ਨਹੀਂ ਯਾਰ ਉਹਨਾਂ ਨੂੰ ਸਾਡੇ ਤੋਂ ਜ਼ਿਆਦਾ ਬਿਹਤਰ ਪਤਾ, ਜਿਹਨੂੰ ਸ਼ਨਾਖਤ ਉਹ ਕਮੈਂਟ ਕਰਕੇ ਲਾਜ਼ਮੀ ਦੱਸਦਾ। ਅਤੇ ਯਾਰ ਇੱਡੇ ਸ਼ਦਾਈ ਨਾ ਜਿਹੜੇ ਵੀਡੀਓ ਵੇਖਦੇ ਨੇ ਉਹਨਾਂ ਨੂੰ ਸਮਝਿਆ ਕਰੋ। ਮੈਂ ਸਰਗੋਧੇ ਅਗਲੇ ਦਿਨ ਇੱਕ ਦੋਸਤ ਭਰਾ ਦੀ ਵੀਡੀਓ ਵੇਖਣ ਦਿਆਂ ਹਾਂ,
ਉਹ ਸਿੱਧੀ ਸਿੱਧੀ ਸਾਫ਼ ਨਜ਼ਰ ਆਉਂਦੀ ਹੈ, ਡੱਬੀ ਗਾਂ ਜਾਂ ਕਾਲੀ ਗਾਂ ਬੰਨ ਤੋਂ ਬਗੈਰ ਸੋਹਣੀ ਝੁੰਗੀ ਗਾਂ, ਉਹ ਕਿੱਥੋਂ ਗਰਲੈਂਡੋ ਆ ਗਈ। ਤੈਯਬ ਸਾਹਿਬ ਪੁਆਇੰਟ ਨੋਟ ਕਰਨ ਵਾਲਾ ਜੀ ਜੀ, ਅਤੇ ਸਾਡੇ ਜਿਹੜੇ ਦੋਸਤ ਭਰਾ ਵਹਿੰਦੇ ਹੁੰਦੇ ਨੇ ਉਹ ਵੀ ਮੰਨ ਜਾਂਦੇ ਨੇ ਸਾਡੇ ਵਪਾਰੀ, ਇਹ ਵੀ ਕਿ ਯਾਰ ਆਪਣਾ ਸੌਦਾ ਵੇਚਣ ਵਾਸਤੇ ਚੀਜ਼ ਵੇਚਣ ਵਾਸਤੇ ਝੂਠ ਨਾ ਮਾਰੋ। ਮੈਂ ਹੁਣ ਇੱਕ ਅਗਲੇ ਦਿਨ ਗਾਈ ਵੇਚੀ ਹੈ ਇੱਥੋਂ ਨੇ ਚੇਲੇ ਕਹਿਣ ਤੋਂ, ਚਾਚੇ ਹੋਰੀ ਨਾਲ ਆਏ ਸਨ, ਗਾਂ ਇੱਥੇ ਚੋ ਕੇ ਲੈ ਗਏ ਨੇ, ਗਾਂ ਕੋ ਦੁੱਧ ਵੀ ਚੰਗਾ ਸੀ, ਗਾਂ ਬਿਲਕੁਲ ਠੀਕ ਸੀ, ਤੰਦਰੁਸਤ ਸੀ, ਲੈ ਗਏ ਨੇ, ਚੋਂ ਪੰਜਾਂ ਦਿਨਾਂ ਬਾਅਦ ਜਾ ਕੇ ਫੋਨ ਕੀਤਾ ਨੇ ਜੀ ਗਾਂ ਬਿਮਾਰ ਹੋ ਗਈ। ਮੈਂ ਕਿਹਾ ਯਾਰ ਮੇਰਾ ਤਾਂ ਨਹੀਂ ਇਹਦੇ 'ਚ ਕੋਈ ਗੁਨਾਹ ਹੈ, ਜ਼ਿੰਦਗੀ ਮੌਤ ਜਿਹੜੀ ਜ਼ਿੰਦਗੀ ਉਹ ਮੌਤ ਦੀ ਅਮਾਨਤ ਹੈ, ਹੈ ਕਿ ਨਹੀਂ? ਹਾਂਜੀ ਗੱਲ, ਤੁਸੀਂ ਮੇਰੇ ਨਾਲ ਨਾਰਾਜ਼ ਹੋਏ ਜੀ, ਮੇਰੀ ਗੱਲ 'ਚ ਹਾਮੀ ਨਹੀਂ ਭਰ। ਨਹੀਂ ਸਰ, ਸਹੀ ਕਹਿ ਰਹੇ ਹੋ, ਜ਼ਿੰਦਗੀ ਮੌਤ ਦੀ ਅਮਾਨਤ ਅਤੇ ਜਿਹੜਾ ਆਇਆ ਉਹਨੇ ਜਾਣਾ। ਅਤੇ ਯਾਰ ਜੇ ਡੰਗਰ ਕੋਈ ਬਿਮਾਰ ਹੋਈ ਹੈ ਫਿਰ ਕੋਈ ਵਿੱਚ ਤਾਂ ਵੜਿਆ ਨਹੀਂ ਹੁੰਦਾ, ਆਪਣੇ ਸਾਹਵਾਂ ਦੀ ਵੀ ਨਹੀਂ ਤੈਯਬ ਸਾਹਿਬ ਗਰੰਟੀ ਹੁੰਦੀ। ਅਤੇ ਫਿਰ ਸਾਰਿਆਂ ਦੋਸਤਾਂ ਅੱਗੇ ਰਿਕੁਐਸਟ ਕਰਾਂਗੇ ਯਾਰ, ਜਿਹੜੇ ਸ਼ੌਪ ਕਰਵਾਉਂਦੇ ਹੋ ਨਾ, ਅਸੀਂ ਤਾਂ ਇਹ ਵੀ ਕਿ ਗਾਈ ਸਾਡੇ ਕੋਲ ਚੰਗੀ ਲਈ ਹੋਈ ਨਹੀਂ ਜਾਂਦੀ, ਮਾੜੀ ਮੋਟੀ ਲੈਂਦੇ ਹਾਂ, ਅਤੇ ਜਿੰਨੇ ਕੁ ਜੋ ਗਏ ਆਵਾਂ ਉਹਨਾਂ ਕੁ ਸ਼ੌਕ ਭਰਾਵਾਂ ਨੂੰ ਕਰਵਾਉਂਦੇ ਹਾਂ। ਅਤੇ ਜਿਹੜੇ ਦੋਸਤ ਵੀਡੀਓ ਬਣਵਾਉਂਦੇ ਨਾ, ਸਾਰਿਆਂ ਅੱਗੇ ਅਪੀਲ ਹੈ ਕਿ ਯਾਰ ਕੋਸ਼ਿਸ਼ ਕਰਕੇ ਚੰਗਾ ਜਾਨਵਰ ਲੈ ਕੇ ਆਇਆ ਕਰੋ। ਮੈਂ ਵੀ ਲਿਆ ਕੇ 10-15 ਵੀ ਬਣ ਸਕਣਾ ਢੱਗੀਆਂ ਡੁੱਗੀਆਂ, ਇਹ ਨਹੀਂ ਕਿ ਉਹ ਵਿਕਦੀਆਂ ਬਹੁਤੀਆਂ ਨੇ ਅਤੇ ਜਿੰਨੀਆਂ ਵਿਕਦੀਆਂ ਨੇ ਉਦੋਂ ਡਬਲ ਉਹਨਾਂ ਦੇ ਲਾਮੇ ਹੁੰਦੇ ਨੇ। ਭਾਈ ਫਰਹਾਦ ਘੁੰਮਣ ਸਾਹਿਬ ਨੇ, ਭਾਈ ਜ਼ਬੀ ਘੁੰਮਣ ਸਾਹਿਬ ਨੇ, ਜਿੰਨੇ ਵੀ ਦੋਸਤ ਸਾਡੀ ਵੀਡੀਓ ਵੇਖਦੇ ਨੇ, ਉਹਨਾਂ ਦੀ ਕਮੈਂਟ ਕਰਦੇ ਨੇ, ਲਾਈਕ ਕਰਦੇ ਨੇ, ਸ਼ੇਅਰ ਕਰਦੇ ਨੇ, ਉਹਨਾਂ ਸਾਰਿਆਂ ਦਾ ਮੈਂ ਸ਼ੁਕਰੀਆ ਅਦਾ ਕਰਾਂਗਾ। ਅਤੇ ਫਿਰ ਤੋਂ ਇੱਕ ਵਾਰੀ ਮੈਂ ਮਾਜ਼ਰਤ ਕਰਨਾ ਜਿਹੜੇ ਦੋਸਤ ਦੀ ਕਾਲ ਨਾਲ ਰਿਸੀਵ ਹੋਏ, ਇੰਨੇ ਨਾਲ ਇਜਾਜ਼ਤ ਚਾਹੁੰਦੇ ਹਾਂ ਅਤੇ ਮਾਲ ਦਾ ਹੁਣ ਸ਼ੌਕ ਕਰਵਾਈਏ। ਇਹ ਲੋਕੇਸ਼ਨ ਹੈ ਜੀ ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ, ਪਿੰਡ ਦਾ ਨਾਮ ਪੀਰੋਚੱਕ। ਅਤੇ ਸਵਰ ਸਾਹਿਬ ਤੁਹਾਡੇ ਅੱਗੇ ਵੀ ਰਿਕੁਐਸਟ, ਹੁਣ ਜ਼ਰਾ ਫੋਕਸ ਆਪਣੇ ਕੰਮ ਵੱਲ ਕਰਨਾ ਅਤੇ ਜਿਹੜਾ ਕੋਈ ਪਿਆਰ ਮੁਹੱਬਤ ਬਾਅਦ 'ਚ ਕਰ ਲਾਂਗੇ। ਆ ਗਈ ਹੈ ਜੀ ਵੈਡ ਨੰਬਰ 1, ਗੱਬਣ ਹੈ ਜੀ ਭੋਲਾ ਸਾਹਿਬ, ਤੁਸੀਂ ਜ਼ਰਾ ਤਵੱਜੋ ਕਰਿਓ, ਮਿਹਰਬਾਨੀ ਕਰਿਓ, ਤੁਹਾਨੂੰ ਮਸਤੀ ਚੜੀ ਹੈ। ਜੀ ਜੀ, ਦੂਸਰਾ ਸੂਬਾ ਉਹਨਾਂ ਨੇ ਸੁਣਿਆ, ਬਾਈ ਸਬਰ ਇੱਥੇ ਅੱਜ ਸਿੱਧੀ ਕਰੋ, ਇੱਥੇ ਸਿੱਧੀ ਕਰੋ। ਲਓ ਜੀ ਦੋਸਤੋ, ਵੈਡ ਨੰਬਰ 1 ਆ ਗਈ ਹੈ, ਗੱਬਣ ਹੈ ਮਾਸ਼ਾਅੱਲਾ ਜੀ, ਕਾਲੇ ਥਣ ਲੱਗੇ ਨੇ, ਲਿਬਾਸ ਇਨਸ਼ਾਅੱਲਾ ਸੋਹਣਾ ਕਰੇ ਦੀ, ਫਿਲਹਾਲ 7-8 ਦਿਨ ਲੈਂਦੀ ਹੈ ਬਈ, ਸੋਹਣੀ ਪੰਡ ਦਾ ਝੱਡਾ ਕਰੇਗੀ, ਵੇਖੋ ਲਿਬਾਸ ਮਾਸ਼ਾਅੱਲਾ ਕਰਨ ਦਾ ਜੀ। ਠੀਕ ਹੈ, ਸੁਬਾ ਦੂਸਰਾ ਸੋਹਣਾ, ਦਿਨ 7-8 ਦੱਸੇ ਜੀ। ਹਾਂਜੀ, ਲਓ ਜੀ ਦੋਸਤਾਂ ਚੈੱਕ ਕਰ ਲਓ, ਮਾਸ਼ਾਅੱਲਾ ਜੀ ਕਾਲੇ ਥਣ ਲੱਗੇ ਨੇ, ਇਹ ਫਿਲਹਾਲ ਕੱਚੀ ਹੈ, ਪਹਿਲਾਂ ਵੀ ਡੰਗਰ ਸੂਟ ਆਉਂਦਾ। ਬਿਲਕੁਲ ਜੀ, ਆ ਜਿਹੜੇ ਸਾਡੀਆਂ ਕਿਹੜਾ ਘਰ ਦੀ ਹੁੰਦੀਆਂ ਨੇ, ਗੱਡੀ ਚ ਆਉਂਦਿਆਂ ਜਾਂਦਿਆਂ ਜਾਨਵਰ ਹਿੱਲ ਗਿਆ, ਪਹਿਲਾਂ ਵੀ ਸੂਟ ਆਪਾਂ। ਠੀਕ ਹੈ ਬਾਈ, ਸਵਾ ਟੋਰਿਓ ਜੀ। ਲਓ ਜੀ ਦੋਸਤੋ, ਵੈਡ ਨੰਬਰ 1 ਗੱਬਣ ਵੈਡ, ਸੁਆ ਦੂਸਰਾ, 7-8 ਦਿਨ ਲੈਂਦੀ ਵੀ ਮਾਸ਼ਾਅੱਲਾ, ਟੋਰ ਦੋਸਤਾਂ ਵੇਖ ਲੈਣੀ ਹੈ, ਲਿਬਾਸ ਚੈੱਕ ਕਰਨਾ, ਨਸਲ ਕੀ ਡੋਗਰ ਸਾਹਿਬ ਦੀ? ਸਾਈਵਾਲ ਤੇ ਫਰੀਜ਼ੀਅਨ ਕ੍ਰਾਸ। ਲਓ ਜੀ ਦੋਸਤੋ, ਚੈੱਕ ਵੀ ਚੰਗਾ, ਗਰਮੀ ਸਰਦੀ ਦਾ ਵੀ ਕੋਈ ਭਾਰ ਨਹੀਂ ਹੈਗਾ, ਸੋਹਣਾ ਥਣ ਲੱਗਾ ਤੇ ਦੁੱਧ ਵੀ ਚਿੱਟਾ ਹੈਗਾ। ਠੀਕ ਜੀ ਡੋਗਰ ਸਾਹਿਬ, ਵੈਡ ਨੰਬਰ 1 ਦਾ ਰੇਟ। ਸਬਰ ਸਾਹਿਬ ਅਗਲਾ ਜਾਨਵਰ ਇਹ ਨਹੀਂ, ਇਹ ਚੈੱਕ ਕਰਾਣੀ ਹੈ ਫਰਮੈਸ਼ੀ ਗਾਂ ਜਿਹੜੀ ਹੈ। ਪਿਛਲੀ ਵੀਡੀਓ ਚ ਰਿਕੁਐਸਟ ਕੀਤੀ ਯਾਰ, ਜਿੰਨੇ ਕੁ ਦਿਨ ਮਸਰੂਫ ਆ ਨਾ, ਓਨੇ ਕੁ ਦਿਨ ਮਾਜ਼ਰਤ, ਕੋਈ ਭਰਾ ਨਾਰਾਜ਼ ਨਾ ਹੋਇਆ, ਤਰ ਲੈ ਕਿ ਯਾਰ ਇੰਟਰਸਟਿਡ ਬੰਦਾ ਫੋਨ ਕਰਕੇ ਟੋਕਨ ਦੇ ਉੱਤੇ ਸੌਦਾ ਡਨ ਹੋਣਾ, ਇਸ ਤੋਂ ਮੈਂ ਡੇਰੇ ਨਹੀਂ ਹੁੰਦਾ ਅਤੇ ਮੈਂ ਅੱਗੇ ਪਿੱਛੇ ਹੀ ਹੁੰਦਾ ਵਾਂ,
ਟੋਕਨ ਦੇ ਉੱਤੇ ਸੌਦਾ ਡਨ ਹੋਣਾ, ਜਿਹੜਾ ਜਾਨਵਰ ਜਿਹਨੂੰ ਪਸੰਦ ਹੈ ਉਹ ਟੋਕਨ ਕਰਵਾ ਦੇ, ਮੈਂ ਤੁਹਾਨੂੰ ਫੋਨ ਕਰਕੇ ਦੱਸ। ਠੀਕ ਲੋਏ ਦੋਸਤੋ, ਕੀਮਤ ਡਿਮਾਂਡ 2,40,000, ਵੈੜ ਨੰਬਰ 1 ਸੀ, ਇਹ ਗੱਬਨ ਵੈੜ ਹੈ, ਫਰੀਜ਼ੀਅਨ ਤੇ ਸਾਈਵਾਲ ਕ੍ਰਾਸ, ਮਾਸ਼ਾਅੱਲਾ ਜੀ, ਇਹ ਚੈੱਕ ਕਰ ਲਓ ਜੀ। ਅੱਗੇ ਆ ਗਈ ਹੈ ਨੰਬਰ 2 ਤੇ। ਹਾਂ ਸਾਹਿਬ, ਕਹਿਣ ਨੂੰ ਮੈਂ ਵੀ ਇਹਦਾ 3 ਲੱਖ ਮੰਗ ਸਕਦਾ ਵਾਂ, ਪਰ ਹੁਣ ਮੁੱਲ 3-3 ਲੱਖ ਦੇ ਇੰਦੀਆਂ ਦੇ ਚੱਲਦੇ, ਜੇ ਇਹ ਨਾ ਆਖਿਓ ਜੇ ਕਿ ਸ਼ੇਰਬਾਜ਼ ਵੀਡੀਓ ਬਣਵਾਈ ਹੈ, ਮੈਨੂੰ ਮੁੱਲਾਂ ਦਾ ਨਹੀਂ ਪਤਾ, ਸਭ ਕੁਛ ਪਤਾ ਸਾਰੀਆਂ ਛਾਵਾਂ ਦਾ ਹੀ ਹੈ। ਜਰਸੀ ਚੋਲਸਤਾਨੀ, ਚਿਹਰੇ ਦੀ ਖੂਬਸੂਰਤੀ ਵੇਖਣੀ ਹੈ, ਨਹਿਰਾ ਚੈੱਕ ਕਰਨਾ, ਮਾਸ਼ਾਅੱਲਾ ਸਿਹਤਮੰਦ, ਜਿਸਮਤ ਪੂਰੀ ਪੂਰੀ ਫਰਮੈਸ਼ੀ ਚੀਜ਼ ਹੈ, ਤੇ ਇੱਕ ਨਮੂਨਾ ਬ੍ਰਾਂਡ ਹੈ, ਤੇ ਬਹੁਤ ਨਯਾਬ, ਜਿਹਨੂੰ ਕਹਿੰਦਾ ਬਹੁਤ ਨਯਾਬ ਚੀਜ਼ ਹੈ ਭਾਈ ਨਵੀਦ ਸਾਹਿਬ ਨੇ ਮੱਦੋ ਤੋਂ, ਮੱਦੋ ਕਾਲੋਨਾ ਤੋਂ, ਠੀਕ ਹੈ, ਜਰਮਨ ਤੋਂ ਆਏ ਸਨ, ਪਿਛਲੇ ਸੂਰ ਉਹਨਾਂ ਨੂੰ ਵੈੜੀ ਦਿੱਤੀ ਸੀ 3,20,000 ਦੀ, ਮੇਰੇ ਡੇਰੇ ਤੇ, ਮੇਰੇ ਡੇਰੇ ਤੇ ਉਹਨਾਂ ਨੂੰ ਉਸੇ ਟਾਈਮ ਹੀ ਵੱਛੀ ਦਾ 3,90,000 ਰੁਪਇਆ ਬੰਦੇ ਦਿੰਦੇ ਹਨ, ਇਸ ਵੈੜੀ ਦਾ, ਇਸੇ ਵੱਛੀ ਦਾ ਹੀ, ਇਹ ਜੇ ਵੀਡੀਓ ਇਹ ਦੇਖੋ, ਠੀਕ, ਇਹ ਤੇ ਮਾਨਕ ਦਾ ਚੱਡਾ ਘਰ ਛੱਡਦੀ ਹੋਈ ਹੈ, ਤੇ ਵੈੜੀ 20 ਦਿਨ ਕੱਚੀ ਹੈ, ਐਵੇਂ ਦੇ ਉਹ ਲਿਬਾਸ ਨਜ਼ਰ, ਬਿਲਕੁਲ ਜੀ, ਇਹ ਵੀਡੀਓ 'ਚ ਸ਼ਾਮਲ ਹੈ, ਕਬੂਤਰੀ ਕਵਾਂ ਬੜੀ ਫਰਮੈਸ਼ੀ ਇਸ ਵੈੜੀ ਦਾ, ਪਿਛਲੇ ਸੂਏ ਦਾ ਕੋਈ 26-27 ਲੀਟਰ ਦਾ ਰਿਕਾਰਡ ਹੈ, ਗਰੰਟੀ ਦੇ ਨਾਲ ਡੱਬਾ ਮਾਰ ਕੇ ਕੋਲੋਂ ਦਿੱਤੀ ਹੈ, ਚਵਾ ਕੇ ਦਿੱਤੀ ਹੈ, ਠੀਕ ਹੈ, 26-27 ਕਿਲੋ ਦਾ ਇਹਦਾ ਗਰੰਟੀ ਸ਼ੁਦਾ ਰਿਕਾਰਡ ਹੈ। ਦਿਨ ਕਿੰਨੇ ਕਲਿੰਦੀ ਵੀ ਕਿੰਨਵਾ ਸੁਬਾਹ ਉਹਨਾਂ ਨੇ ਸੁਣਾ, 15-20 ਦਿਨ ਨਹੀਂ, ਸੁਬਾਹ ਕਿੰਨਵਾ ਹੁਣ ਸੁਣਾ, 15 ਦੂਜਾ ਸੂਏ ਦਿੱਤੀ, ਹੁਣ ਤੀਸਰਾ ਸੁਣਾ, ਤੀਸਰਾ ਸੁਬਾਹ ਨੇ ਸੁਣਾ, ਇਹ ਨੰਬਰ 2 ਤੇ ਆ ਗਈ ਮਾਸ਼ਾਅੱਲਾ ਜੀ, 15 ਕੁ ਦਿਨ ਲਿੰਦੀ ਵੀ ਕਾਲੇ ਥਣ ਲੱਗੇ ਨੇ, ਕਹਿਣ ਨੂੰ ਹਰ ਬੰਦਾ ਇਹਨੂੰ ਦੂਜਿਆਂ ਨੂੰ ਕਹਿ ਕੇ ਅਸੀਂ ਦੇ ਸਕਨੇ ਆ, ਪਰ ਹਾਲ ਨਹੀਂ, ਤੀਸਰਾ ਸੂਆ ਇਹਨੇ ਸੁਣਾ, ਠੀਕ ਹੈ, ਲੱਗਦੀ ਦੂਜਿਆਂ ਨੇ, ਤੇ ਅੱਲਾਹ ਦੇ ਫਜ਼ਲ ਨਾਲ ਐਤਕੀ 28-30 ਪਲੱਸ ਹੋਏਗੀ। ਪੁੱਠਾ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ, ਮੱਝਾਂ ਵਾਲਾ ਪੁੱਠਾ ਹੈ, ਮਾਸ਼ਾਅੱਲਾ ਜੀ, ਉਸ ਅੰਡੇ ਜਰਸੀ ਤੇ ਚੋਲਸਤਾਨੀ, ਤੀਸਰਾ ਸੂਆ ਸੋਣਾ ਮਾਸ਼ਾਅੱਲਾ ਜੀ, 15 ਕੁ ਦਿਨ ਲਿੰਦੀ ਵੀ ਕਾਲੇ ਥਣ ਲੱਗੇ ਨੇ, ਕੱਚੀ ਵਾਲੇ ਜੀ ਡੋਗਰ ਸਾਹਿਬ, ਵੈੜ ਨੰਬਰ 2 ਦਾ ਰੇਟ ਸਾਹਿਬ, ਇਹ ਇੱਕ ਬ੍ਰਾਂਡ ਨਮੂਨਾ ਹੈ ਜੀ, ਇਹ ਦੋਸਤਾਂ ਨੇ ਸ਼ੌਕ ਕਰਵਾਇਆ ਤੇ ਚੀਜ਼ ਵੀ ਬੜੀ ਆਲ ਹੈ, ਬਿਲਕੁਲ ਜੀ, ਇਹ ਕਿਸੇ ਵੇ ਕੱਚੀ ਗਾਂ ਹੀ ਵੇਚਦੇ ਨਹੀਂ, ਇਹ ਵੇ ਕਿਸੇ ਵੀ ਅੱਗੇ ਪਿੱਛੇ ਰਹਿੰਦੇ ਆ, ਲੱਭੀ ਹੈ ਸਾਨੂੰ ਵੀ ਮੁਫਤ ਲੱਭੀ ਹੈ, ਤੇ ਮੁਫਤ ਹੀ ਕਿਸੇ ਭਰਾ ਦੋਸਤ ਨੂੰ ਪਸੰਦ ਹੋਏ ਦੇਣੀ ਹੈ, ਕਿਸੇ ਭਰਾ ਦੋਸਤ ਨੂੰ ਪਸੰਦ ਹੋਏ, ਫਾਈਨਲ 2,85,000 ਦੀ, 8,900, 2,85,000, 84 ਵੀ ਕਹੇ ਨਹੀਂ ਦੇਣੀ, ਠੀਕ ਹੈ, ਲੋ ਦੋਸਤੋ 2,85,000, ਤੈਯਬ ਸਾਹਿਬ ਥਾਣੇ ਇੱਕ ਦਫਾ ਫੇਰ ਚੈੱਕ ਕਰਾ ਦਿਓ, ਕਾਲੇ ਥਣ ਲੱਗੇ ਨੇ ਮਾਸ਼ਾਅੱਲਾ ਜੀ, 30+ ਵਾਲਾ ਜਾਨਵਰ, ਠੀਕ ਹੈ, ਜਰਸੀ ਤੇ ਚੋਲਸਤਾਨੀ, ਨਸਲੀ ਚੀਜ਼ ਹੈ ਮਾਸ਼ਾਅੱਲਾ ਜੀ, ਅੱਗੇ ਆ ਗਈ ਹੈ ਵੈੜ ਨੰਬਰ 3, ਹਾਈਟ ਦੋਸਤਾਂ ਵੇਖ ਲੈਣੀ, ਪ੍ਰਿੰਟ ਚੈੱਕ ਕਰਨਾ ਭਾਈ, ਸਬਰ ਸਾਹਿਬ ਲਿਆਓ, ਇੱਥੇ ਹੈ ਵੀ ਮੋਨੀ ਭੋਲਾ ਸਾਹਿਬ ਲਿਆਓ ਜੀ, ਜਾ ਵੀ ਅੱਗੇ, ਪਿੱਛੇ ਤੇ ਸੈਕਸ ਸਿਮਨ ਦੀ ਬੱਚੀ, ਚਾਰ ਤੋਂ ਪੰਜ ਦਿਨ ਹੋ ਗਏ ਨੇ, ਦੂਸਰਾ ਸੂਆ ਫਿਰ ਲਾਲ ਬੋਲੇ ਤੇ ਹਾਈਟ ਦੋਸਤਾਂ ਵੇਖ ਲੈਣੀ, ਕਾਦਾਵਰ ਚੀਜ਼ ਹੈ ਮਾਸ਼ਾਅੱਲਾ ਜੀ, ਇਹਦਾ 24-25 ਲੀਟਰ ਦਾ ਪਿਛਲੇ ਸੂਏ ਦਾ ਰਿਕਾਰਡ ਹੈ, ਠੀਕ ਹੈ, ਹੁਣ ਮੌਜੂਦਾ ਕਿੰਨਾ ਬੋਲਾ ਦੇ ਕੋਲ, ਖਾਸ ਸਾਹਿਬ ਇਸ ਟਾਈਮ 18-20 ਲੀਟਰ ਹੈ, ਠੀਕ ਹੈ, ਪਿੱਛੇ ਦੇ ਬੱਚੀ ਮਾਸ਼ਾਅੱਲਾ, ਇਹ ਚੈੱਕ ਕਰਮ ਵਾਲੀਆਂ, ਕੋਈ ਭਰਾ ਦੋਸਤ ਹੈ ਸ਼ਾਇਦ ਦੇਣਾ ਚਾਹੇ, ਇਹਨਾਂ ਦਾ ਫੋਨ ਤੇ ਦੇ ਸਕਦਾ ਹੈ, ਠੀਕ ਹੈ, ਪਿੱਛੇ ਮਾਸ਼ਾਅੱਲਾ ਜੀ ਸੈਕਸ ਸਿਮਨ ਦੀ ਬੱਚੀ ਹੈ, ਵੈੜ ਨੰਬਰ 3, ਸੂਆ ਦੂਸਰਾ 18-20 ਲੀਟਰ, ਇਕੱਠੀਆਂ ਗਾਵਾਂ ਦੇ ਲਈ ਹੈ, ਬਾਕੀ ਗਾਵਾਂ ਉਹ ਨੇ,
ਤੇ ਫਾਰਮ ਦੇ ਉੱਤੇ ਜਿਹੜੇ ਤੋਂ ਆਉਂਦੀ ਹੈ ਨਾ ਗਾਂ, ਸਾਨੂੰ ਤੇ ਉਹਨਾਂ 30 ਲੀਟਰ ਦਾ ਇਹਦਾ ਰਿਕਾਰਡ ਦੱਸਿਆ, ਪਰ ਨਹੀਂ 24-25 ਕਿਲੋ ਤਾਂ ਦੱਸ ਨੇ ਲਾਟ ਗਾਵਾਂ ਦੀ ਆਉਂਦੀ ਹੈ, ਗਾਵਾਂ ਆਉਂਦੀਆਂ ਹਨ 20, ਬਾਕੀ ਗਾਵਾਂ ਉੱਧਰ ਨੇ ਅੰਦਰ ਨੇ ਵਾੜੇ ਦੇ ਵਿੱਚ। ਕੰਨ ਛੋਟੇ ਨੇ ਮਾਸ਼ਾਅੱਲਾ, ਕੀ ਨਸਲ ਹੈ? ਠੀਕ ਹੈ, ਨਸਲ ਕੀ ਇਹਦੀ ਆਪਣੀ? ਡੱਚ ਤੇ ਚੋਲਸਤਾਨੀ, ਪਿੱਛੇ ਸੈਕਸ ਸਿਮਨ ਆਊਟਲਾ ਦੀ ਵੱਛੀ, ਸੁਬਾ ਦੂਸਰਾ ਫਿਲਹਾਲ ਬੋਲੇ ਤੇ 18-20 ਲੀਟਰ ਬੋਲਾ ਜੀ ਡੋਗਰ ਸਾਹਿਬ, ਵੈਡ ਨੰਬਰ 3 ਦਾ ਰੇਟ। ਭਰਾ ਸਾਹਿਬ ਕਿਹਾ ਭਰਾ ਦੋਸਤ ਨੂੰ ਪਸੰਦ ਆਈ, 3,30,000 ਦੀ ਫਾਈਨਲ ਫਾਈਨਲ ਯੈਸ, ਤੈਨੂੰ 29 ਦੀ ਵੀ ਨਹੀਂ ਦੇਣੀ, 3 ਫਾਈਨ ਰੇਟ ਫਾਈਨਲ ਨੇ ਅੱਜ। ਕੰਨ ਛੋਟੇ ਨੇ, ਵੈਡ ਨੰਬਰ 4 ਹਾਈਟ ਦੋਸਤਾਂ ਵੇਖ ਲੈਣੀ ਮਾਸ਼ਾਅੱਲਾ ਜੀ, ਪਿੱਛੇ ਦੇ ਵੀ ਬੱਚੀ ਬਾਈ ਲਵਾਇਓ, ਲੈ ਚਲੋ ਗੇ ਟੋਰੋ ਜੀ ਡੋਗਰ ਸਾਹਿਬ, ਕਿਨਵਾ ਸੁਆਸ ਹੋਈ ਹੈ ਛਿੱਗੀ ਤੇ ਥੱਲੇ ਆ ਵੱਛੀ ਹੈ, ਤੇ ਥੱਲੇ ਵੀ ਸੈਕਸੀ ਮੰਦੀ ਹੈ ਵੱਛੀ ਹੈ। ਠੀਕ ਹੈ, ਕਿੱਦਾਂ ਦੀ ਸੂਈ ਹੈ? ਇਹ ਸੂਈ ਜੇ ਪਰਸੋਂ ਦੀ। ਠੀਕ ਹੈ, ਪਰਸੋਂ ਦੀ ਸੂਈ ਹੈ, 6 ਦੰਦੇ, ਸੁਬਾ ਦੂਸਰਾ ਮਾਸ਼ਾਅੱਲਾ ਜੀ, ਨੰਬਰ 4 ਤੇ ਚੈੱਕ ਕਰਾਨੇ ਆਪੇ ਸੈਕਸ ਸਿਮਨ ਦੀ ਪਿੱਛੇ ਤੇ ਵੱਛੀ ਹੈ। ਭੋਲਾ ਸਾਹਿਬ ਜੀ ਆਥੇ ਕਰੋ ਜ਼ਰਾ ਸਿੱਧਾ, ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਵਾਲੀਆਂ ਰੈੜੀਆਂ ਸੂਈਆਂ ਜਿਹੜੀਆਂ ਨੇ ਸਾਰੀਆਂ ਵੱਛੀਆਂ ਵਾਲੀਆਂ ਨੇ। ਠੀਕ ਹੈ, ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਪਿੱਛੇ ਤੇ ਵੱਛੀ, ਚਿਹਰਾ ਦੋਸਤਾਂ ਫੇਰ ਵੇਖ ਲੈਣਾ, ਇਹ ਵੀ ਝੁੰਗੀ, ਕੰਨ ਛੋਟੇ ਮਾਸ਼ਾਅੱਲਾ, ਲਿਬਾਸ ਦੋਸਤਾਂ ਚੈੱਕ ਕਰਾਨੇ ਆ, ਪਰਸੋਂ ਦੀ ਸੂਈ ਹੈ। ਡੋਗਰ ਸਾਹਿਬ ਕਿੰਨਾ ਬੋਲਿਆ ਇਹਦੇ ਕੋਲ? ਰਾਜ ਸਾਹਿਬ ਇਹਦੇ ਕੋਲ 22 ਕਿਲੋ ਬੋਲਾ ਜੀ, 22 ਕਿਲੋ। ਥਾਣਵੀ ਦੋਸਤਾਂ ਵੇਖ ਲੈਣੇ ਨੇ ਮੌਜੂਦਾ ਜਿਹੜਾ ਬੋਲਾ ਹੋਵੇ 20 ਡੱਬਾ ਮਾਰ ਕੇ ਤਸੱਲਾ ਦੇ ਨਾਲ ਗਰੰਟੀ ਸੁਦਾ। ਠੀਕ ਹੈ, ਖਲਾਰ ਬਾਈ ਸਬਰ ਜ਼ਰਾ, ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਥਾਣ ਦੋਸਤਾਂ ਚੈੱਕ ਕਰਨੇ ਨੇ, ਵੈਡ ਨੰਬਰ 4, ਸੁਬਾ ਦੂਸਰਾ ਤੇ 6 ਦੰਦ, ਲਾਮ ਤੇ ਹਾਈਟ ਦੋਸਤਾਂ ਦੇ ਸਾਹਮਣੇ, ਪਿੱਛੇ ਸੈਕਸ ਸਿਮਨ ਦੀ ਬੱਚੀ। ਟੋਰੋ ਭਾਈ ਜਾਨ, ਕੀ ਨਸਲ ਹੈ ਡੋਗਰ ਸਾਹਿਬ ਦੀ? ਭਾਈ ਫਰਾਜ਼, ਇਹ ਫ੍ਰੀਜ਼ੀਅਨ ਤੇ ਚੋਲਸਤਾਨੀ ਕ੍ਰਾਸ ਹੈ। ਅੱਛਾ, ਇਹਦੇ ਥੱਲੇ ਵੀ ਡੱਚ ਦੀ ਬੱਚੀ ਹੈ ਤੇ ਪਿੱਛੇ ਡੱਚ ਨਸਲ ਦੀ ਬੱਚੀ, ਆਪੀ ਫ੍ਰੀਜ਼ੀਅਨ ਤੇ ਚੋਲਸਤਾਨੀ ਮਾਸ਼ਾਅੱਲਾ ਜੀ, ਵੈੜ ਨੰਬਰ 4 ਜੀ ਡੋਗਰ ਸਾਹਿਬ, ਵੈੜ ਨੰਬਰ 4 ਦਾ ਰੇਟ। ਭਰਾ ਸਾਹਿਬ, ਇਹ ਕਿਸੇ ਭਰਾ ਦੋਸਤ ਨੂੰ ਪਸੰਦ ਹੋਈ, ਇਹ 3,45,000 ਫਾਈਨਲ, 3,45,000। ਅੱਗੇ ਲਿਆਓ ਬਾਈ ਸਬਰ, ਨੰਬਰ 4 ਤੇ ਚੈੱਕ ਕਰਾਈ, ਅੱਗੇ ਆ ਗਿਆ ਮਾਸ਼ਾਅੱਲਾ ਜੀ ਤੋਹਫਾ ਜੀ, ਲਿਬਾਸ ਵੇਖਣਾ, ਸੋਹਣੀ ਪੰਡ ਪਾਈ ਹੈ, ਵੈੜ ਨੰਬਰ 5 ਕਾਲੇ ਥਾਨ ਮਾਸ਼ਾਅੱਲਾ, ਸਾਡੀ ਹੈ ਨਹੀਂ ਆਹ ਕਹਿਣਾ ਨਹੀਂ। ਤੇ ਸਰਗੋਦੇ ਮੈਂ ਵੇਖਣੇ ਅਗਲੇ ਦਿਨ ਵੀਡੀਓ, ਇੰਜ ਦੀ ਗਾਂ ਸੀ ਏ ਟੂ ਜ਼ੈਡ ਤੇ ਮੁੱਲ ਉਹਨਾਂ 10 ਲੱਖ ਪਾਤਾ ਸੀ, ਗਰਲੈਂਡੋ ਛੱਡੀ ਸੀ। ਠੀਕ ਹੈ, ਤੇ ਬੰਦਿਆਂ ਲਈ ਵੀ ਸੀ ਗਰਲੈਂਡੋ, ਕਹਿ ਕੇ ਉਹਨਾਂ ਦੀ ਵਿਕੀ ਵੀ ਸੀ ਗਰਲੈਂਡੋ, ਕਤਾ ਨੀ ਇਸ ਰੰਗ ਚ ਤੇ ਡੱਬੇ ਰੰਗ ਚ ਗਰਲੈਂਡੋ ਆਏਗੀ ਨੇ, ਗਰਲੈਂਡੋ ਦਾ ਆਪਣਾ ਹੀ ਪ੍ਰਿੰਟ ਹੈ ਇੱਕ। ਬੰਦੇ ਕਹਿੰਦੇ ਨੇ ਮੈਂ ਡਾਕਾ ਨਹੀਂ ਲਾਇਆ, ਮੈਂ ਇਸ ਚੀਜ਼ ਦਾ ਨਿਆਂ ਨਹੀਂ ਦਿਆਂਗਾ, ਮੇਰੀ ਗਾੜੀ ਨੂੰ ਡਾਕਾ ਨਹੀਂ ਜੇ ਲੱਗਾ ਹੈ। ਅੱਛਾ, ਤੁਸੀਂ ਵੀ ਕਸਮ ਲਈ ਤਸਵਰ ਕੋ ਲੈ ਦੇ ਸੋ, ਡੋਗਰ ਸਾਹਿਬ ਲੜ ਪਏ, ਤਈਆ ਸਾਹਿਬ ਨੇ ਤਸਵਰ ਕੋ ਕਸਮ ਲਈ ਹੈ, ਤਸਵਰ ਕਸਮ ਦੇ ਕੇ ਵੀ ਆ ਗਿਆ, ਅਸੀਂ ਵੈੜੀ ਨੂੰ 10 ਮਿੰਟਾਂ ਦਾ ਵੀ ਡਾਕਾ ਨਹੀਂ ਜੇ ਲਾਇਆ। ਜ਼ਿੰਦਾਬਾਦ, ਸੱਚੀ ਗੱਲ ਹੈ।
ਮਾਸ਼ਾਅੱਲਾ ਲੱਗਦੀ ਤਾਂ ਜੀ ਬਈ ਆਓ ਫਿਰ ਵਹਾਈਏ ਦੋਂਦੀ ਜੇ ਦੋਂਦੀ ਹੈ ਦੋਂਦੀ ਕੀ ਬਾਤ ਹੈ ਕਿੰਨੇ ਕਿ ਦਿਨ ਲੈਂਦੀ ਹੈ ਬਈ ਦਿਨ ਕਿੰਨੇ ਕੁ ਲੈਂਦੀ ਹੈ ਸਿਰ ਤੁਹਾਡੇ ਵਾਲ ਨਜ਼ਰ ਆਉਂਦੇ ਜੇ ਵੇਖੋ ਮਾਸ਼ਾਅੱਲਾ ਐੜੀ ਦਾ ਕੱਦ ਬਿਲਕੁਲ ਜੀ ਬਾਈ ਸਬਰ ਸਿੱਧੀ ਕਰਾਂ ਜ਼ਰਾ ਕੀ ਵਜ੍ਹਾ ਬਣੀ ਅੱਜ ਤੁਹਾਨੂੰ ਲੋਏ ਦੋਸਤੋ ਲਿਬਾਸ ਵੇਖ ਲੈਣਾ ਮਾਸ਼ਾਅੱਲਾ ਜੀ ਨੰਬਰ 6 ਤੇ ਆ ਗਈ ਹੈ ਪਹਿਲਨ ਵੈੜ ਇਹ ਹਾਈਟ ਚੰਗੀ ਕਾਦਾਵਰ ਚੀਜ਼ ਹੈ ਦਿਨ ਡੋਗਰ ਸਾਹਿਬ ਕਿੰਨੇ ਕੁ ਲੈ ਰਹੀ ਹੈ ਰਾਸਾ ਭਾਈ 10-15 ਦਿਨ ਲੈਂਦੀ ਹੈ ਮਾਲਕਾਂ ਜਿਹੜੇ ਦੱਸੇ ਨੇ ਪਰ ਘੱਟ ਵੱਧ ਲਾਈਏ ਤੇ ਕੁਝ ਕਹਿ ਨਹੀਂ ਸਕਦੇ ਠੀਕ ਹੈ ਇਸ ਵੈੜੀ ਦੀ ਵੱਛੀ ਵੀ ਭਾਈ ਨਵੀਦ ਦੇ ਫਾਰਮ ਤੇ ਗਈ ਹੈ ਇਸ ਟਾਈਮ 40 ਲੀਟਰ ਦੁੱਧ ਦੇ ਦਈ ਹੈ ਲੋਏ ਦੋਸਤ ਆ ਚੈੱਕ ਕਰੋ ਮੈਂ ਦਿਨ ਬਾਹਰ ਟੁਰ ਗਏ ਨੇ ਥਣ ਦੋਸਤਾਂ ਵੇਖ ਲੈਣੇ ਨੇ ਵੰਡ ਚੈੱਕ ਕਰਨੀ ਹੈ ਮਾਸ਼ਾਅੱਲਾ ਜੀ ਨੰਬਰ ਆ ਗਈ ਹੈ 6 ਤੇ 2 ਦੰਦ ਵੈੜ ਮਾਸ਼ਾਅੱਲਾ ਜੀ ਪਹਿਲਾ ਸੁਆ ਸੁਣਿਆ 15 ਦਿਨ ਲੈਂਦੀ ਵੀ ਸ਼ਾਈਨਿੰਗ ਵੀ ਦੋਸਤਾਂ ਵੇਖ ਲੈਣੀ ਖੂਬਸੂਰਤੀ ਪ੍ਰਿੰਟ ਦੋਸਤਾਂ ਦੇ ਸਾਹਮਣੇ ਨਸਲ ਕੀ ਡੋਗਰ ਸਾਹਿਬ ਦੀ ਚੋਲਸਤਾਨੀ ਕਰਾਸ ਹੈ ਠੀਕ ਹੈ ਗਰਮੀ ਸਰਦੀ ਦੀ ਇਹਦੀ ਗਰੰਟੀ ਹੋਏਗੀ ਜੀ ਜੀ ਤੇ ਅਗਲੀਆਂ ਗੱਲਾਂ ਹੁੰਦੀਆਂ ਨੇ ਨਸੀਬਾਂ ਦੀਆਂ ਜੀ ਜੀ
ਅਮੀਰ ਵੈਡੀ 40 ਪਲੱਸ ਵਾਲੀ ਹੋਏਗੀ ਇਨਸ਼ਾਅੱਲਾ ਜੀ ਅੱਲਾ ਜ਼ਾਤ ਤੇ ਕਰਮ ਕਰੇ ਇਹ ਸ਼ਾਮਾਂ ਹੁੰਦੀਆਂ ਜੇ 35 40 ਪਲੱਸ ਵਾਲੀਆਂ ਲੈ ਓ ਭਾਈ ਸਬਰ ਡੱਚ ਤੇ ਚੋਲਸਤਾਨੀ ਮਾਸ਼ਾਅੱਲਾ ਜੀ ਸੋਆ ਪਹਿਲਾ ਗੱਬਣ 15 ਕਿਤੇ ਲਿੰਦੀ ਹੈ ਭਈ ਮੂੰਹ ਧੋਂਦੀ ਉਮਰ ਵੇਖੋ ਇਹ ਕਿਹੜੀ ਹੈ ਵੈੜੀ ਹਾਂਜੀ ਗੱਲ ਹੈ ਜੀ ਤੇ ਤਸਵਰ ਸਾਹਿਬ ਪੂਰੇ ਰਾਜ਼ੀ ਹੁੰਦੇ ਨੇ ਪੇ ਜਾਨਵਰ ਨੂੰ ਟੋਰ ਕੇ ਨਾ ਤਸੱਲੀ ਕਰਾਉਂਦੇ ਨੇ ਪੇ ਤੇ ਖੁਸ਼ੀ ਦਾ ਇਜ਼ਹਾਰ ਵੇਖੋ ਕਿੰਨਾ ਕਰਦੇ ਨੇ ਪੇ ਕਿਉਂਕਿ ਚੀਜ਼ ਅੱਛੀ ਹੈ ਅੱਛੀ ਚੀਜ਼ ਵੇਖ ਕੇ ਖਿਡਾਉਣੇ ਨੇ ਫਰਾਜ਼ ਸਾਹਿਬ ਬਿਲਕੁਲ ਜੀ ਆਓ ਡੋਗਰ ਸਾਹਿਬ ਇਹ ਜਿਹੜਾ ਥਾਂ ਦਾ ਬੱਜੇਗੀ ਉਹਨੂੰ ਸੋਨਾ ਘਰ ਛੜੇਗੀ ਆਓ ਸਰ ਵੈੜ ਨੰਬਰ 6 ਦਾ ਰੇਟ ਲਾਓ ਫਰਾਜ਼ ਸਾਹਿਬ ਰੇਟ ਕੇ ਸਾਰਿਆਂ ਜਾਨਵਰਾਂ ਦੇ ਅੱਜ ਲਾਏ ਨੇ ਇਹਦਾ 20 ਲਾਣਾ ਹੈ ਠੀਕ ਹੈ ਪਿਛਲੀ ਵੀਡੀਓ 'ਚ ਮੈਨੂੰ 50,000 ਫੋਨ ਆਇਆ ਤੇ ਰੇਟ ਪੁੱਛਣ ਦਾ ਵੱਡੀ ਵੈੜੀ ਦਾ ਰੇਟ ਪੁੱਛਣ ਦਾ ਆਇਆ ਤੇ ਇਹ ਵੇ ਕੇ ਅਗਲੀ ਵੀਡੀਓ ਦੇ ਉੱਤੇ ਤੱਕ ਕੋਲ ਹੋਏਗੀ ਤੇ ਇਹਦਾ ਰੇਟ ਹੋਰ ਹੋਏਗਾ ਜੀ ਜੀ ਅੱਜ ਦਾ 8 ਦਿਨਾਂ ਦਾ ਜਦੋਂ ਤੱਕ ਸਾਡੀ ਵੀਡੀਓ ਨਹੀਂ ਬਣਦੀ ਉਦੋਂ ਤੱਕ ਦਾ ਇਹਦਾ ਰੇਟ ਫਾਈਨਲ 4,30,000 ਰੁਪਈਆ ਤੇ ਯਾਨੀ ਕਿ ਅਗਲੀ ਵੀਡੀਓ ਤੱਕ ਹਾਂਜੀ ਤੇ ਗੱਬਨ ਦਾ 4-3 ਲਓ ਜੀ ਦੋਸਤੋ ਨੰਬਰ 6 ਤੇ ਚੈੱਕ ਕਰਾਈਏ ਕੀਮਤ ਡਿਮਾਂਡ 4,30,000 ਡੱਚ ਤੇ ਚੋਲਸਤਾਨੀ ਚੀਜ਼ ਅੱਛੀ ਅੱਗੇ ਲਿਆਓ ਜੀ ਇਹ ਖਾਂਗੜ ਨੇ ਦੋਵੇਂ ਹਾਂਜੀ ਆ ਗਈ ਨੰਬਰ 1 ਤੇ ਖਾਂਗੜ ਲਓ ਜੀ ਦੋਸਤੋ ਚੈੱਕ ਕਰੋ ਮਾਸ਼ਾ ਤਸਵਰ ਸਾਹਿਬ ਇਸ ਸਾਈਡ ਤੇ ਚਿਹਰਾ ਦੋਸਤਾਂ ਵੇਖ ਲੈਣਾ ਸਿੰਘਾਂ ਦੀ ਜ਼ਰਾ ਸਾਦੀ ਕਾਲੀਆਂ ਅੱਖਾਂ ਖਾਂਗੜ ਜੀ ਡੋਗਰ ਸਾਹਿਬ ਕੀ ਤਫਸੀਲ ਹੈ ਦੀ ਸਿੰਧਨ ਮੈਂ ਵੇ ਸਿੰਧਨ ਨਸਲ ਤੇ ਇਹ ਆਪਣੇ ਕੋਲ ਰਹੀ ਹੈ 22-23 ਕਿਲੋ ਦੁੱਧ ਚੋਂਦੇ ਰਹੇ ਆ ਇਹਦਾ ਪਿਛਲੇ ਪਹਿਲੇ ਸੂਏ ਦਾ ਠੀਕ ਹੈ ਦੂਜਾ ਸੂਆ ਹੁਣ ਇਹਨੇ ਸੋਣਾ ਹੈ ਸਾਢੇ 3 ਮਹੀਨੇ ਦੀ ਕਨਫਰਮ ਗੱਬਨ ਹੁਣ ਪਹਿਲਾ ਸੂਆ ਸੂਈ ਹੈ ਅੱਗੋਂ ਦੂਸਰਾ ਸੋਣਾ ਸਿੰਧਾ ਨਸਲ ਬਾਈ ਲਵਾਇਓ ਚੱਕਰ ਇਹ ਦੁੱਧ ਕਿੰਨਾ ਇਹਦੇ ਕੋਲ ਦੁੱਧੋ ਛਡਾਉਣ ਵਾਸਤੇ ਯਾਰ ਮਾਝ ਥੋੜੀ ਜਿਹੀ ਕਮਜ਼ੋਰ ਸੀ ਮੋਟੀ ਹੋਈ ਹੈ ਠੀਕ ਹੈ ਤੇ ਅੱਗੋ ਫੇਰ ਛਟਾਲੇ ਆਉਂਦੇ ਨੇ ਫੇਰ ਹਰੀ ਹੋਈਆਂ ਨੇ ਅੱਗੋ ਫਿਰ ਖੁਸ਼ਕ ਨਹੀਂ ਹੋਣੀ ਹੈ ਜੀ ਡੋਗਰ ਸਾਹਿਬ ਕੀ ਡਿਮਾਂਡ ਸਾਹਿਬ ਕਿਸੇ ਭਰਾ ਦੋਸਤ ਨੂੰ ਪਸੰਦ ਹੋਏ ਫਾਈਨਲ 2,30,000 ਰੁਪਏ ਦੀ ਦੇਣੀ 2,00,000 ਜਿੱਦਣ ਤਿਆਰ ਹੋਏ ਕੋਈ ਭਰਾ ਮਾਝ ਦੇਣਾ ਚਾਹੇ ਮੇਰੇ ਕੋਲ 20,000 ਰੁਪਇਆ ਮੇਰਾ ਬਿਆਨਾ ਰੱਖ ਲਿਆ ਜਿੱਦਣ ਤਿਆਰ ਹੋਏ ਜਿਹੜਾ ਭਰਾ ਦੇਣਾ ਚਾਹੇ ਮੈਂ ਆਪ ਹੈ ਦੋਵੇਂ ਝੋਟੀਆਂ ਮੇਰੇ ਘਰ ਦੀਆਂ ਨੇ ਆਪ ਹੈ ਦੋਵੇਂ ਝੋਟੀਆਂ 4-4 ਲੱਖ ਰੁਪਏ ਦੀਆਂ ਖਰੀਦਾਂਗਾ ਮੇਰੇ ਕੋਲ ਬਿਆਨਾ ਰੱਖਣਾ ਚਾਹੇ ਰੱਖ ਸਕਦਾ ਠੀਕ ਅੱਗੇ ਲਿਆ ਜੀ ਨੰਬਰ 1 ਤੇ ਚੈੱਕ ਕਰਾਈ ਅੱਗੇ ਆ ਗਈ ਝੋਟੀ ਨੰਬਰ 2 ਅਭੀ ਖਾਂਗੜ ਮਾਸ਼ਾਅੱਲਾ ਇਹ ਚਿਹਰਾ ਦੋਸਤਾਂ ਵੇਖ ਲੈਣਾ ਇਹ ਕਾਲੀਆਂ ਅੱਖਾਂ ਸਿੰਗੀਆਂ ਦੋਸਤਾਂ ਦੇ ਸਾਹਮਣੇ ਤੇ ਕਿਨਵਾ ਸੂਆ ਡੋਗਰ ਸਾਹਿਬ ਦਾ ਰਾਜ ਸਾਹਿਬ ਇਹ ਝੋਟੀ ਵਿਕਾਰ ਦੀ ਏ ਇਹਦਾ ਦੂਸਰਾ ਸੂਆ ਏ ਅੱਛਾ ਇਹ ਬਣੀ ਏ ਇਹ ਦੂਸਰਾ ਸੂਆ ਸੂਈ ਹਾਂਜੀ ਬਣੀ ਏ ਕੋਈ ਮਹੀਨੇ ਕ ਦੀ ਅੱਛਾ 20 ਦਿਨਾਂ ਦੀ ਬਣੀ ਏ ਗਾਲਬਨ ਠੀਕ ਏ ਤੇ ਇਹਦੇ ਕੋਲ 1 ਮਿੰਟ ਦਾ ਜਿਹੜਾ ਡਾਕਾ ਹੁੰਦਾ ਨਾ ਉਹ ਵੀ ਨਹੀਂ ਹਜੇ ਚਵਾਈ ਦਾ ਵੀ ਨਹੀਂ ਇਹਦਾ ਟਾਈਮ ਹੋਇਆ ਠੀਕ ਏ ਸਵੇਰੇ ਕੋ 5-6 ਵਜੇ ਚੋਈ ਏ ਅੱਛਾ ਤੇ ਸ਼ਾਮ ਨੂੰ ਕੀ ਨਾਂ ਲਈਦਾ ਫੇਰ ਹੁਣ 5-6 ਵਜੇ ਚੋਣੀ ਏ ਇਹਦੇ ਕੋਲ ਇਸ ਟਾਈਮ ਜਿਹੜਾ ਠੰਡਾ ਕਰਕੇ ਦੁੱਧ ਦੇ ਨਾ ਇਹਦੇ ਕੋਲ ਵੀ ਕੋਈ 6 ਕਿਲੋ ਹੈ ਵੇ ਦੁੱਧ 6 ਕਿਲੋ ਵੇ ਹਾਂਜੀ ਇਹ ਵੀ 20+ ਹੀ ਝੋਟੀ ਪਿਆ ਭਈ ਦੂਜਾ ਚਵਾਈ ਦੋ ਟਾਈਮ ਕਰ ਦਿਓ ਵੇ ਦੋ ਟਾਈਮ ਪਾੜੇ ਦੇ ਉੱਤੇ ਲੋ ਜੀ ਦੋਸਤੋ ਖਾਂਗੜ ਝੋਟੀ ਸੂਆ ਦੂਸਰਾ ਸੂਈ ਏ ਤੇ 20 ਦਿਨ ਹੋਏ ਨੇ ਕ੍ਰਾਸ ਹੋਈ ਏ ਲੇਕਿਨ ਉਸ ਚੀਜ਼ ਦੀ ਗਰੰਟੀ ਨਹੀਂ ਤੇ ਚਿਹਰਾ ਦੋਸਤੋ ਨਸੀਬ ਨੇ ਜਿਹੜਾ ਪ੍ਰਾਪਤ ਬਿਲਕੁਲ ਜੀ ਬਾਈ ਟੋਰੀਓ ਜ਼ਰਾ ਦਰਨ ਲੈ ਆਪੋ ਇਹ ਖਾਂਗੜ ਝੋਟੀ ਤੇ ਚਵਾਈ ਪਾੜੇ ਤੇ ਇਹਦੀ ਵੀ ਪਾੜੇ ਤੇ ਠੀਕ ਹੈ ਹੁਸ਼ਲ ਪਹਿਲੇ ਦੀ ਅੰਜੇ ਹਾਂਜੀ ਲੋ ਜੀ ਦੋਸਤੋ ਚੈੱਕ ਕਰ ਲਓ ਪੁੱਠਾ ਵੀ ਦੋਸਤਾਂ ਵੇਖ ਲੈਣਾ ਖਾਂਗੜ ਝੋਟੀ ਨੰਬਰ 2 ਤੇ ਜੀ ਡੋਗਰ ਸਾਹਿਬ ਝੋਟੀ ਨੰਬਰ 2 ਦਾ ਰੇਟ ਭਰਾ ਸਾਹਿਬ ਇਹ ਝੋਟੀ ਕਿਸੇ ਭਰਾ ਦੋਸਤ ਨੂੰ ਪਸੰਦ ਹੋਏ ਫਾਈਨਲ ਦੇਣੀ ਹੈ
1,75,000 ਦੇ ਘੱਟ ਵੱਧ ਕਮੀ ਪੇਸ਼ੀ ਦੀ ਕੋਈ ਗੁੰਜਾਇਸ਼ ਨਹੀਂ, ਰੇਟ ਅੱਜ ਮੈਂ ਸਾਰੇ ਮਾਲ ਦੇ ਫਾਈਨਲ ਦਿੱਤੇ ਨੇ। 1,75,000 ਗੁੰਜਾਇਸ਼ ਦੇ ਚ, ਪੰਜ ਹੋਰ ਛੱਡਿਆ, 1,70,000। ਹਾਂਜੀ ਠੀਕ, ਮਜ਼ੀਦ ਕੋਈ ਦੋਸਤਾਂ ਵਾਸਤੇ ਪੇਗਾਮ? ਗਲਤੀ ਕਿਤਾਈ ਹੋਈ ਉਹਦੀ ਮਾਜ਼ਰਤ ਚਾਹੁੰਦੇ ਹਾਂ, ਇੰਨੇ ਨਾਲ ਇਜਾਜ਼ਤ ਚਾਹੁੰਦੇ ਹਾਂ, ਪਾਕਿਸਤਾਨ ਜ਼ਿੰਦਾਬਾਦ। ਜੀ ਸਰ, ਬਹੁਤ ਸ਼ੁਕਰੀਆ, ਇਜਾਜ਼ਤ ਚਾਹੁੰਦੇ ਹਾਂ, ਅੱਲਾ ਹਾਫਿਜ਼।